ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਭਾਰਤ ਦੀ ਨੰਬਰ 1 ਯੂਨੀਵਰਸਿਟੀ ਹੈ। ਇਸ ਯੂਨੀਵਰਸਿਟੀ ਦਾ ਇਤਿਹਾਸ ਦੱਸਦਾ ਹੈ ਕਿ ਇਸ ਨੇ ਬਹੁਤ ਸਾਰੇ ਸਾਇੰਟਿਸਟਸ, ਲੀਡਰਸ, ਆਰਟਿਸਟ ਅਤੇ ਬਹੁਤ ਸਾਰੇ ਇੰਟਲੈਕਚੁਅਲ ਪੈਦਾ ਕੀਤੇ। ਆਪਣੀ ਗਤੀਵਿਧੀਆਂ ਕਾਰਨ ਇਹ ਦੇਸ਼ ਦੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਚਰਚਾ ਦਾ ਵਿਸ਼ੇ ਬਣੀ ਰਹਿੰਦੀ ਹੈ। ਪਰ ਕਈ ਵਾਰ ਕੁਝ ਇਹੋ ਜਿਹੀਆਂ ਗਤੀਵਿਧੀਆਂ ਹੋ ਜਾਂਦੀਆਂ ਹਨ ਜੋ ਇਸ ਦਾ ਬੁਰਾ ਇਤਿਹਾਸ ਬਣ ਜਾਂਦਾ ਹੈ। ਅਜਿਹਾ ਹੀ ਹੋਇਆ ਅਪ੍ਰੈਲ 2017 ਵਿੱਚ, ਜਿਸ ਨੂੰ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਕਾਲੇ ਦੌਰ ਨਾਲ ਯਾਦ ਕੀਤਾ ਜਾਵੇਗਾ, ਜਦੋਂ ਫੀਸਾਂ ਵਿੱਚ ਭਾਰੀ ਵਾਧਾ ਕੀਤਾ ਗਿਆ। ਕੀ ਹੋਇਆ ਯਾਰ? ਹੋਣਾ ਕੀ ਸੀ, ਉਹੀ ਗੱਲ ਹੋ ਗਈ ਜਿਹਦਾ ਡਰ ਸੀ। ਫੀਸਾਂ 'ਚ ਬਹੁਤ ਭਾਰੀ ਵਾਧਾ ਕੀਤਾ ਜਾ ਰਿਹਾ। ਫਿਰ ਕੀ, ਦੇਖਦੇ ਹਾਂ ਕੀ ਬਣਦਾ। ਅਗਲੇ ਹਫ਼ਤੇ ਮੀਟਿੰਗ ਹੈ, ਆਪਾਂ ਇੱਕ ਵਾਰੀ ਮੀਟਿੰਗ ਅਟੈਂਡ ਕਰਦੇ ਹਾਂ, ਫਿਰ ਦੇਖਦੇ ਹਾਂ ਕੀ ਰਿਜ਼ਲਟ ਆਉਂਦਾ। ਮੀਟਿੰਗ ਤੋਂ ਬਾਅਦ ਕਾਉਂਸਲ ਆਫਿਸ ਵਿੱਚ ਮੀਟਿੰਗ ਹੁੰਦੀ ਹੈ ਅਤੇ ਫੀਸ ਵਾਧੇ ਨੂੰ ਰੋਕਣ ਲਈ ਚਰਚਾ ਕੀਤੀ ਜਾਂਦੀ ਹੈ। ਸਾਰੇ ਸਟੂਡੈਂਟਸ ਨਾਲ ਬਿਲਕੁਲ ਧੱਕਾ। ਸਰ, ਫੀਸਾਂ 'ਚ ਵਾਧਾ ਨਹੀਂ ਹੋਣਾ ਚਾਹੀਦਾ। ਫੀਸਾਂ 'ਚ ਵਾਧਾ ਹੁਣ ਨਹੀਂ ਰੋਕਿਆ ਜਾ ਸਕਦਾ। ਯੂਨੀਵਰਸਿਟੀ ਤਾਂ ਪਹਿਲਾਂ ਹੀ 250 ਕਰੋੜ ਰੁਪਏ ਦੇ ਘਾਟੇ 'ਚ ਜਾ ਰਹੀ ਹੈ। ਨਾ ਕੇਂਦਰ ਸਰਕਾਰ ਵੱਲੋਂ ਗ੍ਰਾਂਟ ਆ ਰਹੀ ਹੈ ਤੇ ਨਾ ਰਾਜਾਂ ਵੱਲੋਂ ਆ ਰਹੀ ਹੈ। ਪਰ ਸਰ, ਸਟੂਡੈਂਟਸ ਦੀਆਂ ਫੀਸਾਂ ਵਧਾ ਕੇ ਵੀ ਬਜਟ ਕਿੰਨਾ ਕੁ ਜਨਰੇਟ ਕੀਤਾ ਜਾ ਸਕਦਾ? ਸਰ, 1100% ਫੀਸ ਵਧਾ ਕੇ ਯੂਨੀਵਰਸਿਟੀ ਕੋਲ 9 ਕਰੋੜ ਰੁਪਏ ਦਾ ਫੰਡ ਇਕੱਠਾ ਹੁੰਦਾ ਹੈ ਤੇ ਇੰਨਕ ਤਾਂ ਯੂਨੀਵਰਸਿਟੀ ਦਾ ਇਲੈਕਟ੍ਰਿਸਿਟੀ ਦਾ ਬਿੱਲ ਆ ਜਾਂਦਾ ਹੈ। ਮਾਫ਼ ਕਰਨਾ ਸਰ, ਦਿਸ ਇਜ਼ ਨਾਟ ਅ ਰਾਈਟ ਡਿਸੀਜ਼ਨ। ਠੀਕ ਹੈ, ਅਸੀਂ ਕੋਈ ਲੱਭਦੇ ਹਾਂ ਸੋਲੂਸ਼ਨ ਤੇ ਤੁਸੀਂ ਵੀ ਕੋਈ ਸੁਝਾਅ ਲੈ ਕੇ ਆਓ, ਫਿਰ ਦੇਖਦੇ ਹਾਂ ਜੋ ਕੋਈ ਹੱਲ ਨਿਕਲਦਾ ਹੋਇਆ ਤਾਂ। ਠੀਕ ਹੈ ਸਰ, ਥੈਂਕ ਯੂ। ਸਹੂਲਤਾਂ ਉਹਨਾਂ ਨੂੰ ਵੀ ਤਾਂ ਫਾਈਨੈਂਸ਼ੀਅਲ ਪਰਪਸ ਲਈ ਯੂਜ਼ ਕਰਕੇ ਆਪਾਂ ਰੈਵੇਨਿਊ ਜਨਰੇਟ ਕਰ ਸਕਦੇ ਹਾਂ। ਨਹੀਂ, ਹੁਣ ਫੀਸ ਵਾਧੇ ਵਿੱਚ ਕੋਈ ਕਟੌਤੀ ਨਹੀਂ ਹੋਏਗੀ, ਫੀਸ ਵਾਧਾ ਬਰਕਰਾਰ ਰਹੇਗਾ। ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ। ਮਾਰਚ ਨੂੰ ਨੋਟੀਫਿਕੇਸ਼ਨ ਆਉਂਦਾ ਹੈ ਕਿ ਫੀਸਾਂ ਵਿੱਚ 1100% ਤੱਕ ਵਾਧਾ ਕੀਤਾ ਗਿਆ ਹੈ। ਇਹ ਸੁਣ ਕੇ ਸਾਰੇ ਸਟੂਡੈਂਟ ਨਿਰਾਸ਼ ਹੋ ਜਾਂਦੇ ਹਨ। ਉਧਰ ਯੂਨੀਵਰਸਿਟੀ ਦੀਆਂ ਪੋਲੀਟੀਕਲ ਪਾਰਟੀਆਂ ਪੱਬਾ ਭਾਰ ਹੋ ਜਾਂਦੀਆਂ ਹਨ ਅਤੇ ਇਸ ਲਹਿਰ ਦੀ ਸ਼ੁਰੂਆਤ ਗਵਰਨਮੈਂਟ ਗਰਲਜ਼ ਕਾਲਜ 11 ਤੋਂ ਸ਼ੁਰੂ ਹੁੰਦੀ ਹੈ। ਯਾਰ, ਇਹ ਕੀ ਹੋ ਰਿਹਾ ਹੈ? ਇੰਨੀਆਂ ਫੀਸਾਂ ਪਹਿਲਾਂ ਤਾਂ ਕਦੇ ਵਧੀਆ ਨਹੀਂ। ਜੇ ਇਹੀ ਹਾਲ ਰਿਹਾ ਤਾਂ ਫਿਰ ਭੁੱਲ ਜਾਓ ਪੜ੍ਹਾਈਆਂ ਨੂੰ। ਓ ਯਾਰ, ਤੁਸੀਂ ਟੈਨਸ਼ਨ ਕਿਉਂ ਲਈ ਹੈ? ਫੀਸਾਂ ਸਿਰਫ ਯੂਨੀਵਰਸਿਟੀ ਦੀਆਂ ਵਧੀਆਂ ਕਾਲਜਾਂ ਦੀਆਂ ਨਹੀਂ। ਕਿਉਂ, ਤੂੰ ਸਾਰੀ ਉਮਰ ਕਾਲਜ ਹੀ ਬੈਠੀ ਰਹਿਣਾ, ਯੂਨੀਵਰਸਿਟੀ ਨਹੀਂ ਜਾਣਾ? ਨਾਲੇ ਇਸ ਗੱਲ ਦੀ ਕੀ ਗਰੰਟੀ ਹੈ ਕਿ ਫੀਸਾਂ ਕਾਲਜਾਂ ਦੀਆਂ ਨਹੀਂ ਵਧਣਗੀਆਂ? ਜੇ ਯੂਨੀਵਰਸਿਟੀ ਦੀਆਂ ਫੀਸਾਂ ਵਧੀਆਂ ਹੈ ਨਾ, ਤਾਂ ਕਾਲਜਾਂ ਦੀਆਂ ਵੀ ਵਧਣਗੀਆਂ। ਜੇ ਯੂਨੀਵਰਸਿਟੀ ਪੜ੍ਹਨ ਦੇ ਸੁਪਨੇ ਵੇਖਦੇ ਹੋ ਨਾ, ਤਾਂ ਸਾਨੂੰ ਲੜਨਾ ਪੈਣਾ, ਯੂਨਿਟੀ ਬਣਾ ਕੇ ਲੜਨਾ ਪੈਣਾ। ਹੈਲੋ ਕੀਰਤੀ। ਮੀਟਿੰਗ ਤੋਂ ਬਾਅਦ ਲੜਕੀਆਂ ਵੀਸੀ ਆਫਿਸ ਸਾਹਮਣੇ ਧਰਨਾ ਲਾਉਂਦੀਆਂ ਹਨ। ਵੀਸੀ ਨਾਲ ਗੱਲਬਾਤ ਤਾਂ ਨਹੀਂ ਹੋ ਪਾਉਂਦੀ, ਪਰ ਉਹ ਮੰਗ ਪੱਤਰ ਦੇ ਕੇ ਵਾਪਸ ਆ ਜਾਂਦੇ ਹਨ। ਯਾਰ ਫੋਨ ਦੇ, ਦੇ ਯਾਰ ਪਲੀਜ਼। ਕਿੱਥੇ ਆ ਯਾਰ? ਹੁਣੇ ਹੋਸਟਲ ਪਹੁੰਚ। ਕੀ ਸੋਚਿਆ ਫਿਰ, ਪਲਾਨ ਕੀ ਹੈ?
ਫੀਸਾਂ ਚ ਵਾਧਾ ਵਾਪਸ ਨਹੀਂ ਲਿਆ ਜਾਂਦਾ, ਸਾਨੂੰ ਕਾਲਜ ਦਾ ਗੇਟ ਹਰ ਰੋਜ਼ ਬੰਦ ਕਰਨਾ ਪਵੇਗਾ। ਲੇਕਿਨ ਪਰਸੋਂ ਤੋਂ ਯੂਨੀਵਰਸਿਟੀ ਬੰਦ ਕਰਨੇ ਦਾ ਡਿਸੀਜਨ ਫਾਈਨਲ ਹੋਇਆ ਹੈ। ਇਸਕਾ ਮਤਲਬ ਹਮੇ ਕੱਲ ਕਲਾਸਿਸ ਮੇਂ ਜਾ ਕੇ ਕੈਂਪੇਨਿੰਗ ਕਰਨੀ ਪੜੇਗੀ। ਨਹੀਂ, ਹੁਣ ਇਸ ਮੂਮੈਂਟ ਨੂੰ ਰੁਕਣ ਨਹੀਂ ਦੇਣਾ, ਇਸ ਤਰ੍ਹਾਂ ਅਥਾਰਟੀ ਤੇ ਪ੍ਰੈਸ਼ਰ ਕ੍ਰੀਏਟ ਹੋਵੇਗਾ। ਬਸ ਤੁਸੀਂ ਸਵੇਰੇ ਕੱਲ ਜਲਦੀ ਪਹੁੰਚ ਜਿਓ। ਕੱਲ ਇਤਨੀ ਜਲਦੀ ਸਭ ਕੈਸੇ ਹੋਗਾ? ਸਭੀ ਸਟੂਡੈਂਟਸ ਕੋ 6 ਤਾਰੀਖ ਕੀ ਕਾਲ ਦੀ ਗਈ ਔਰ ਹਮਾਰੇ ਪਾਸ ਸਭ ਕੇ ਕੰਟੈਕਟਸ ਵੀ ਨਹੀਂ ਹੈ। ਬਹੁਤ ਮੁਸ਼ਕਿਲ ਹੈ ਯਾਰ। ਲੇਕਿਨ ਠੀਕ ਹੈ, ਅਗਰ ਆਪ ਸਭ ਲੋਕ ਯਹੀ ਚਾਹਤੇ ਹੋ ਤੋ ਇੱਕ ਕਾਮ ਕਰਤੇ ਹੈਂ, ਮੈਂ ਕੁਛ ਸੋਚਤੀ ਹੂੰ, ਸਭ ਕੋ ਬੁਲਾਤੇ ਹੈਂ। ਆਪ ਲੋਗ ਵੀ ਸਭ ਕੋ ਬੁਲਾਨੇ ਕੀ ਕੋਸ਼ਿਸ਼ ਕਰੋ, ਆਪ ਸਭ ਲੋਗ ਪਹੁੰਚ ਜਾਓ। 3 ਅਪ੍ਰੈਲ ਦੇ ਧਰਨੇ ਤੇ ਜੁਆਇੰਟ ਸਟੂਡੈਂਟ ਐਕਸ਼ਨ ਕਮੇਟੀ ਬਣਾਈ ਗਈ ਅਤੇ ਇਹ ਫੈਸਲਾ ਕੀਤਾ ਗਿਆ ਕਿ 6 ਅਪ੍ਰੈਲ ਨੂੰ ਯੂਨੀਵਰਸਿਟੀ ਕਲਾਸਾਂ ਦਾ ਬਾਈਕਾਟ ਕਰਕੇ ਵੀਸੀ ਆਫਿਸ ਧਰਨਾ ਲਾਉਣਾ ਹੈ, ਪਰ ਗਵਰਨਮੈਂਟ ਗਰਲਜ਼ ਕਾਲਜ 11 ਦੀਆਂ ਲੜਕੀਆਂ ਤਤਕਾਲ ਮੀਟਿੰਗ ਕਰਕੇ 6 ਅਪ੍ਰੈਲ ਦੀ ਬਜਾਏ 5 ਅਪ੍ਰੈਲ ਨੂੰ 11 ਕਾਲਜ ਦਾ ਗੇਟ ਬੰਦ ਕਰਨ ਦਾ ਫੈਸਲਾ ਕਰ ਲਿਆ ਹਨ। गेट बंद करने नहीं दे सकता। मैं मानता हूँ आप अपने हकों के लिए लड़ रहे हो, ये बहुत अच्छी बात है, पर मेरी भी मजबूरी समझो। मैं ऑन ड्यूटी हूँ, ये मेरी नौकरी का सवाल है। सब लोग सुनो, मेरे पास एक प्लान है। हम लोग अभी यहाँ पे सारे पोस्टर्स लेके खड़े हो जाते हैं, अभी हमारी स्ट्रेंथ भी कम है, ठीक है? बाकी सब लोगों को बुलाते हैं, जब बाकी सब लोग आ जाएंगे तब हम लोग ये गेट बंद कर देंगे। ये लो पोस्टर पकड़ो। ਹੁਣ ਆਪਣੀ ਸਟਰੈਂਥ ਕਾਫੀ ਵੱਧ ਗਈ ਹੈ, ਚਲੋ ਗੇਟ ਬੰਦ ਕਰੀਏ। ਸੁਣੀਏ, ਦੇਖੀਏ, ਹਮ ਆਪਕਾ ਗੁੱਸਾ ਸਮਝਦੇ ਹੈ, ਲੇਕਿਨ ਕਾਲਜ ਕਾ ਗੇਟ ਬੰਦ ਕਰ ਦੇਣਾ ਕੋਈ ਸੋਲੂਸ਼ਨ ਨਹੀਂ ਹੈ। ਪੜ੍ਹੇ ਲਿਖੇ ਸਟੂਡੈਂਟ ਹੈ ਆਪ ਸਭ, ਕਿਉਂ ਐਸਾ ਕਾਮ ਕਰਤੇ ਹੋ ਜਿਸਸੇ ਕੱਲ ਕੋ ਖੁਦ ਪੇ ਪਛਤਾਵਾ ਹੋ? ਸਮਝਦਾਰੀ ਸੇ ਕਾਮ ਲੀਜੀਏ ਔਰ ਗੇਟ ਖੋਲ ਦੀਜੀਏ। ਸਰ, ਸਮਝਦਾਰੀ ਇਨਕਾ ਬਸ ਕੀ ਬਾਤ ਹੈ ਨਹੀਂ, ਇਨਕਾ ਪੱਲਾ ਹੈ ਨਹੀਂ ਸਮਝਦਾਰੀ। ਸਰ, ਸਾਡਾ ਪੁਲਿਸ ਨਾਲ ਕੋਈ ਵਾਸਤਾ ਨਹੀਂ, ਪਰ ਜਦੋਂ ਤੱਕ ਫੀਸਾਂ 'ਚ ਵਾਧਾ ਵਾਪਸ ਨਹੀਂ ਹੋਊਗਾ ਇਹ ਗੇਟ ਇੱਦਾਂ ਹੀ ਬੰਦ ਰਹੂ। ਸੁਣੀਏ, ਦੇਖੀਏ, ਐਡਮਿਨਿਸਟ੍ਰੇਸ਼ਨ ਆਪਣਾ ਕਾਮ ਕਰ ਰਹਾ ਹੈ, ਹਮ ਪਰ ਵੀ ਪ੍ਰੈਸ਼ਰ ਹੈ, ਹਮੇ ਸਟ੍ਰਿਕਟ ਐਕਸ਼ਨ ਲੈਣੇ ਪੇ ਮਜਬੂਰ ਨਾ ਕਰੇ। देखते क्या हो, कार तो चुनिया, खोल दो गेट। चलो ओए, खोलो गेट। ओए तेरी इतनी मत होगी, तू पुलिस वाला बात खाओगा। हक करे लड़ाई लड़ते हैं, ये नहीं देखा जाता के सामने कौन खड़ा। चल फिर तेरे साला का गैंड पे गोली लगेगी ना, फिर मेरा लगेगा तने। अब लेन बात कर रे, तुम जाई ना खुशिया। देखते इसने दो साले को उठा ले उसको अंदर। ਬੜਾ ਕ੍ਰਾਂਤੀਕਾਰੀ ਬਣਦਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਫੀਸਾਂ ਦੇ ਵਾਧੇ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਵੱਲੋਂ ਫੀਸਾਂ ਵਿੱਚ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਦੇ ਚਲਦਿਆਂ ਚੰਡੀਗੜ੍ਹ ਦੇ ਸੈਕਟਰ 11 ਦੇ ਸਰਕਾਰੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਪਹਿਲਾਂ 3 ਤਰੀਕ ਨੂੰ ਪ੍ਰੋਟੈਸਟ ਹੁੰਦਾ ਵਾ, ਉਸ ਤੋਂ ਬਾਅਦ ਅਸੀਂ 4 ਤਰੀਕ ਨੂੰ ਇੱਕ ਮੀਟਿੰਗ ਹੁੰਦੀ ਹੈ ਸਾਡੇ ਦੋਸਤ, ਅਸੀਂ ਮਿਲ ਕੇ ਇੱਕ 5 ਤਰੀਕ ਵਾਲੇ ਪ੍ਰੋਟੈਸਟ ਦੀ ਸਟੂਡੈਂਟਸ ਨੂੰ ਕਾਲ ਦਿੰਦੇ ਹਾਂ, ਜਿਹਦੇ ਵਿੱਚ ਸਟੂਡੈਂਟਸ ਮਤਲਬ ਮਿਲ ਕੇ 1000 ਦੇ ਕਰੀਬ ਉੱਥੇ ਲੜਕੀਆਂ ਇਕੱਠੀਆਂ ਹੋ ਜਾਂਦੀਆਂ ਅਤੇ ਕਾਲਜ ਦੇ ਗੇਟ ਕੋਈ ਪ੍ਰਸ਼ਾਸਨ ਕੋਈ ਵੀ ਅੰਦਰ ਨਹੀਂ ਜਾ ਪਾਉਂਦਾ, ਸਾਰੇ ਸਟੂਡੈਂਟ ਬਾਹਰ ਰਹਿੰਦੇ ਨੇ। ਉੱਥੇ ਪੁਲਿਸ ਵੱਲੋਂ ਹੱਥਾਪਾਈ ਕੀਤੀ ਜਾਂਦੀ ਹੈ, ਵਿਦਿਆਰਥੀਆਂ ਨੂੰ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ। ਮੈਨੂੰ ਵੀ ਉਸ ਸਮੇਂ ਗ੍ਰਿਫਤਾਰ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਕਿਉਂਕਿ ਪ੍ਰੋਟੈਸਟ ਦੇ ਵਿੱਚ ਲੜਕੀਆਂ ਨੂੰ ਇੱਕ ਲੀਡ ਕਰਨ ਦੇ ਵਿੱਚ ਇੱਕ ਯੋਗਦਾਨ ਸੀ, ਤਾਂ ਡਫਲੀ ਵਗੈਰਾ ਖੋਲ੍ਹੀ ਗਈ ਉਹਨਾਂ ਨੇ ਅਤੇ ਉਸ ਵੇਲੇ ਇੱਕ ਹੱਥਾਪਾਈ ਹੁੰਦੀ ਹੈ ਪੁਲਿਸ ਦੇ ਨਾਲ ਅਤੇ ਉਹਦੇ ਵਿੱਚ ਮੇਰੇ ਕੱਪੜੇ ਵੀ ਪੁਲਿਸ ਵੱਲੋਂ ਪਾੜੇ ਜਾਂਦੇ ਨੇ ਅਤੇ ਇੱਥੋਂ ਇਹਨਾਂ ਦਾ ਸੱਤਾ ਦਾ ਕਰੈਕਟਰ ਵੀ ਇਸ ਰੂਪ ਦੇ ਵਿੱਚ ਸਾਹਮਣੇ ਆਉਂਦਾ। ਇਸ ਤੋਂ ਬਾਅਦ ਵੀ ਉਦਨ ਗ੍ਰਿਫਤਾਰੀਆਂ ਹੋਈਆਂ, ਫਿਰ 11 ਤਰੀਕ ਨੂੰ ਫਿਰ ਪ੍ਰੋਟੈਸਟ ਚੱਲਦਾ, ਉਦਨ ਉਹ ਲੜਕੀਆਂ 1000 ਦੇ ਕਰੀਬ ਵੀ ਸੀ ਆਫਿਸ ਆ ਕੇ ਧਰਨਾ ਵੀ ਦਿੰਦੀਆਂ ਨੇ।
11 ਤਰੀਕ ਨੂੰ ਪ੍ਰੋਟੈਸਟ ਵਿੱਚ ਸਟੂਡੈਂਟ ਉੱਤੇ ਖੁੱਲ੍ਹੇਆਮ 6 ਨੂੰ ਵੀ ਹੁੰਦਾ ਵੈਸੇ ਪ੍ਰੋਟੈਸਟ, ਉੱਥੇ ਵੀ ਲਾਠੀਆਂ ਚੱਲਦੀਆਂ ਪਾਣੀ ਦੀਆਂ ਬਾਛੜਾਂ, 11 ਨੂੰ ਵੀ ਪਾਣੀ ਦੀਆਂ ਬਾਛੜਾਂ, ਗ੍ਰਿਫਤਾਰੀਆਂ ਹੁੰਦੀਆਂ, 68 ਵਿਦਿਆਰਥੀ ਗ੍ਰਿਫਤਾਰ ਕੀਤੇ ਜਾਂਦੇ ਨੇ ਤੇ ਸਾਡੀ ਜਥੇਬੰਦੀ ਦੇ ਵਿੱਚੋਂ PSU ਲਲਕਾਰ ਦੇ ਬਹੁਤ ਸਾਰੇ ਵਿਦਿਆਰਥੀ ਗ੍ਰਿਫਤਾਰ ਵੀ ਹੋਏ ਨੇ। ਇਸ ਧਰਨੇ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਇਸ ਘਟਨਾ ਦੇ ਚਿਣਕ ਇਸ ਤੋਂ ਬਾਅਦ ਯੂਨੀਵਰਸਿਟੀ ਵਿੱਚ ਹੋਰ ਵੀ ਮਗ ਜਾਂਦੀ ਹੈ ਅਤੇ ਸਾਰੀਆਂ ਜਥੇਬੰਦੀਆਂ ਲਾਮਬੰਦ ਹੋ ਜਾਂਦੀਆਂ ਹਨ। ਸਾਥੀਓ, ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਫੀਸਾਂ ਵਿੱਚ ਵੱਡੇ ਪੱਧਰ ਤੇ ਵਾਧਾ ਕੀਤਾ ਜਾ ਰਿਹਾ ਹੈ। ਫੀਸਾਂ ਇੰਨੀਆਂ ਜ਼ਿਆਦਾ ਵਧਾ ਦਿੱਤੀਆਂ ਗਈਆਂ ਨੇ ਕਿ ਕਿਸੇ ਵੀ ਵਰਗ ਲਈ ਫੀਸ ਭਰਨਾ ਮੁਸ਼ਕਿਲ ਹੀ ਨਹੀਂ, ਬਹੁਤ ਮੁਸ਼ਕਿਲ ਹੈ। MHRD ਇੰਡੀਪੈਂਡੈਂਟ ਕੰਮ ਨਹੀਂ ਕਰ ਪਾ ਰਹੀ ਤੇ WTO ਵਰਗੀਆਂ ਨਿਊ ਲਿਬਰਲ ਆਰਗੇਨਾਈਜੇਸ਼ਨ, ਇਹਨਾਂ ਨੂੰ ਐਜੂਕੇਸ਼ਨ ਤੇ ਦਿੱਤੀ ਜਾ ਰਹੀਆਂ ਸਬਸਿਡੀਜ਼ ਨੂੰ ਘੱਟ ਕਰਨ ਲਈ ਲਗਾਤਾਰ ਫੋਰਸ ਕਰ ਰਹੀ ਹੈ ਤੇ MHRD ਵੀ ਉਸੇ ਤਰ੍ਹਾਂ ਕੰਮ ਕਰ ਰਹੀ ਹੈ। 2014 ਵਿੱਚ UGC ਦਾ ਬਜਟ 10,000 ਕਰੋੜ ਸੀ, ਪਰ ਨਿਊ ਲਿਬਰਲ ਆਰਗੇਨਾਈਜੇਸ਼ਨ ਦੀ ਇੰਸਟਰਕਸ਼ਨ ਦੇ ਅਧੀਨ 2016-17 ਵਿੱਚ ਇਹ ਬਜਟ ਘੱਟ ਕੇ 4,000 ਕਰੋੜ ਰਹਿ ਜਾਂਦਾ ਹੈ, ਮਤਲਬ ਸਿੱਧਾ 6,000 ਕਰੋੜ ਘੱਟ ਕੀਤਾ ਗਿਆ। ਤੇ ਦੂਜੇ ਪਾਸੇ 2013 ਤੋਂ 15 ਦੋ ਸਾਲ ਦੇ ਅਰਸੇ ਵਿੱਚ ਕਾਰਪੋਰੇਟ ਦਾ 1,14,000 ਕਰੋੜ ਦਾ ਕਰਜ਼ਾ ਮਾਫ ਕੀਤਾ ਗਿਆ। 1991 ਵਿੱਚ ਵੀ ਬਹੁਤ ਸਾਰਾ ਟੈਕਸ ਮਾਫ ਕੀਤਾ ਗਿਆ। ਜੇ ਉਹਨਾਂ ਦਿਨਾਂ ਵਿੱਚ ਹੀ ਦੇਖਿਆ ਜਾਵੇ ਤਾਂ ਐਜੂਕੇਸ਼ਨ ਦਾ ਬਜਟ ਲਗਾਤਾਰ ਘਟਦਾ ਜਾ ਰਿਹਾ ਹੈ ਤੇ ਕਾਰਪੋਰੇਟ ਨੂੰ ਲਾਭ ਪਹੁੰਚਾਉਣ ਦੀ ਪਾਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸਾਨੂੰ ਸਾਰਿਆਂ ਨੂੰ ਲਾਮਬੰਦ ਹੋਣ ਦੀ ਲੋੜ ਆ, ਨਹੀਂ ਤਾਂ ਯੂਨੀਵਰਸਿਟੀ ਪੜ੍ਹਨਾ ਭੁੱਲ ਜਾਓ। ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। 11 ਤਰੀਕ ਨੂੰ ਕੀ ਹੋਇਆ ਕਿ 11 ਤਰੀਕ ਨੂੰ ਜਦੋਂ ਬਹੁਤ ਵੱਡਾ ਇੱਕ ਪ੍ਰੋਟੈਸਟ ਹੋਇਆ ਵਾਈਸ ਚਾਂਸਲਰ ਆਫਿਸ ਦੇ ਸਾਹਮਣੇ, ਤਾਂ ਉਸ ਵੇਲੇ ਜੈਸੇ ਜਦੋਂ ਪੁਲਿਸ ਦਾ ਲਾਠੀਚਾਰਜ ਹੋਇਆ ਅਤੇ ਵਿਰੋਧ ਦੇ ਵਿੱਚ ਸਟੂਡੈਂਟਾਂ ਵੱਲੋਂ ਪੱਥਰ ਚੱਲੇ ਹੈ ਨਾ, ਤਾਂ ਉਸ ਤੋਂ ਬਾਅਦ ਜਿਹੜੀ ਜੈਸੈਕ ਟੁੱਟ ਗਈ ਅਤੇ ਜਿਹੜੇ ਪਾਰਟੀਆਂ ਨੂੰ ਲੀਡ ਕਰਨਾ ਚਾਹੀਦਾ ਸੀ ਉਹ ਬਿਲਕੁਲ ਹੀ ਮਤਲਬ ਉਸ ਮੂਵਮੈਂਟ ਤੋਂ ਭੱਜ ਗਏ ਅਤੇ ਵਾਇਲੈਂਸ ਨੋਨ ਵਾਇਲੈਂਸ ਵਾਲਾ ਆਰਗੂਮੈਂਟ ਆ ਗਿਆ, ਫੀ ਹਾਈਕ ਵਾਲਾ ਜਿਹਾ ਆਰਗੂਮੈਂਟ ਸੀ ਬਿਲਕੁਲ ਗਾਇਬ ਹੋ ਗਿਆ ਹੈ ਨਾ। ਤਾਂ ਉਸ ਵੇਲੇ ਜਿਹੜੀਆਂ ਇਹ ਜੈਸੈਕ ਦੇ ਵਿੱਚ ਸਟੂਡੈਂਟ ਔਰਗਨਾਈਜੇਸ਼ਨਾਂ ਭੱਜੀਆਂ ਨੇ, ਸਾਨੂੰ ਲੱਗਦਾ ਅਸੀਂ ਕਹਿੰਦੇ ਹਾਂ ਕਿ ਇਹਨਾਂ ਨੇ ਮੂਵਮੈਂਟ ਨਾਲ ਗਦਾਰੀ ਕੀਤੀ ਆ। ਅਤੇ ਦੂਜੀ ਗੱਲ ਹੈ ਕਿ ਸਟੂਡੈਂਟ ਦੇ ਵਿਰੋਧ ਦੇ ਨਾਲ ਜੇਲ੍ਹ ਤੋਂ ਬਾਅਦ ਵਿੱਚ ਆ ਕੇ ਹੁਣ ਜੇਲ੍ਹ ਦੇ ਵਿੱਚ ਸਟੂਡੈਂਟਾਂ ਨੇ ਬਹੁਤ ਜ਼ਿਆਦਾ ਹੱਦ ਤੱਕ ਕੁੱਟਮਾਰ ਹੋਈ ਆ, ਬਹੁਤ ਜ਼ਿਆਦਾ ਲਾਠੀਚਾਰਜ ਵੀ ਹੋਇਆ ਅੰਦਰ, ਬਹੁਤ ਸਾਰਾ ਸਟੂਡੈਂਟਾਂ ਨੇ ਬਹੁਤ ਸਟਰਗਲ ਕੀਤਾ, ਅਤੇ ਉਸ ਸਟਰਗਲ ਦੇ ਤਹਿਤ ਜਿਹੜੀ ਫੀ ਹਾਈਕ ਵਾਪਸ ਹੋਈ ਆ ਅਤੇ ਉਹ ਸਾਡੀ ਲੈਗਸੀ ਹੈਗੀ ਆ ਅਤੇ ਸਟੂਡੈਂਟ ਮੂਵਮੈਂਟ ਦੀ ਉਹ ਜਿੱਤ ਹੋਈ ਆ। 7 ਅਪ੍ਰੈਲ ਤੋਂ 10 ਅਪ੍ਰੈਲ ਤੱਕ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਪੱਧਰ ਤੇ ਫੀਸ ਵਾਧੇ ਖਿਲਾਫ ਰੋਸ ਪ੍ਰਗਟ ਕਰਦੀਆਂ ਹਨ। ਬਹੁਤ ਸਾਰੇ ਮੈਮੋਰੈਂਡਮ ਗਵਰਨਰ ਆਫਿਸ, UGC, CM ਆਦਿ ਨੂੰ ਦਿੱਤੇ ਜਾਂਦੇ ਹਨ। ਇੱਥੋਂ ਆਪਾਂ ਪਹਿਲਾਂ ਕਲਾਸਾਂ ਵੱਲ ਕੂਚ ਕਰਦੇ ਹਾਂ ਤੇ ਸਾਰੇ ਸਟੂਡੈਂਟਸ ਨੂੰ ਨਾਲ ਲੈ ਕੇ VC ਆਫਿਸ ਦਾ ਘਰਾਓ ਕਰਾਂਗੇ। ਚਲੋ ਆਪਾਂ ਪਹਿਲਾਂ ਆਰਟਸ ਬਲਾਕ ਵੱਲ ਚੱਲਦੇ ਹਾਂ। ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਕਲਾਸਾਂ ਵਿੱਚ ਜਾ ਕੇ ਕੈਂਪੇਨਿੰਗ ਕੀਤੀ ਜਾਂਦੀ ਹੈ ਅਤੇ ਅੰਤ ਵਿੱਚ 11 ਅਪ੍ਰੈਲ ਨੂੰ ਸਾਰੀ ਯੂਨੀਵਰਸਿਟੀ ਬੰਦ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਲ ਹੁੰਦੇ ਹਨ। ਅਸੀਂ ਕਾਲ ਦੇਣਾ ਆਏ ਸੀ, ਕਲਾਸਾਂ ਦਾ ਬਾਈਕਾਟ ਆ, ਤੁਹਾਡਾ ਹੁਣੇ ਪਤਾ ਲੱਗਾ ਐਗਜ਼ਾਮ ਖਤਮ ਹੋਣ ਵਾਲਾ ਹੀ ਆ ਤੇ ਸਾਰੇ ਦੋਸਤਾਂ ਦੀ ਜ਼ਿੰਮੇਵਾਰੀ ਆ, ਆਪ ਸਮਝ ਕੇ ਦੋਸਤੋ ਵਾਈਸ ਚਾਂਸਲਰ ਆਫਿਸ ਆ ਕੇ ਸਟੂਡੈਂਟ ਦਾ ਸਾਥ ਜ਼ਰੂਰ ਦਿਓ, ਕਿਉਂਕਿ ਇਸ ਜਗ੍ਹਾ ਬਸ ਠੀਕ ਹੈ ਦੋਸਤੋ, ਆ ਜਾਓ ਜਲਦੀ ਹੈ ਜਾਇਓ। ਪਰ ਕੈਂਪਸ ਦੇ ਕੁਝ ਡਿਪਾਰਟਮੈਂਟਸ ਵਿੱਚ ਅਜਿਹੇ ਵਿਦਿਆਰਥੀ ਵੀ ਸਨ ਜਿਨ੍ਹਾਂ ਨੂੰ ਫੀਸ ਵਾਧੇ ਨਾਲ ਕੋਈ ਫਰਕ ਨਹੀਂ ਸੀ। ਇਨਕਲਾਬ ਜ਼ਿੰਦਾਬਾਦ। ਸਾਥੀਓ, ਤੁਹਾਨੂੰ ਸਾਰਿਆਂ ਨੂੰ ਮਾਸ ਪ੍ਰੋਟੈਸਟ ਦੀ ਕਾਲ ਦਿੱਤੀ ਗਈ ਸੀ, ਤੁਹਾਨੂੰ ਸਭ ਨੂੰ ਅਪੀਲ ਹੈ ਕਿ ਕਲਾਸਾਂ ਛੱਡ ਕੇ ਧਰਨੇ ਤੇ ਪਹੁੰਚੋ ਤਾਂ ਜੋ ਆਪਾਂ ਅਥਾਰਟੀ ਨੂੰ ਸਟੂਡੈਂਟ ਯੂਨਿਟੀ ਦਿਖਾ ਸਕੀਏ ਤਾਂ ਜੋ ਫੀਸਾਂ ਵਿੱਚ ਹੋਏ ਵਾਧੇ ਦੀ ਵਾਪਸੀ ਹੋ ਸਕੇ। ਸੌਰੀ, ਵੀ ਆਰ ਨਾਟ ਇੰਟਰਸਟਿਡ, ਵੀ ਕੈਨ ਪੇ। ਓਕੇ ਦੈਨ, ਇਫ ਯੂ ਕੈਨ ਪੇ ਦੈਨ ਯੂ ਸ਼ੁਡ ਗੋ ਟੂ ਸਮ ਪ੍ਰਾਈਵੇਟ ਯੂਨੀਵਰਸਿਟੀ, ਰਾਈਟ? ਐਟ ਲੀਸਟ ਅਦਰਸ ਹੂ ਕੈਨ ਨਾਟ ਪੇ ਮਾਈਟ ਹੈਵ ਐਨ ਓਪਰਚੁਨਿਟੀ ਟੂ ਸਟੱਡੀ ਹੇਅਰ। ਵੋ ਸਭ ਤੋਂ ਠੀਕ ਹੈ, ਲੇਕਿਨ PU ਕਾ ਸਟੇਟਸ ਵੀ ਤੋ ਮਾਇਨੇ ਰੱਖਤਾ ਹੈ ਨਾ। ਕੀਰਤੀ, ਚਲੋ ਠੀਕ ਆ, ਜੇ ਤੁਹਾਨੂੰ ਫੇਰ ਵੀ ਕਦੇ ਲੱਗਦਾ ਕਿ ਲੜਾਈ ਸਾਡੀ ਸਭ ਦੀ ਸਾਂਝੀ ਆ ਤਾਂ ਤੁਸੀਂ ਕਦੇ ਵੀ ਆ ਕੇ ਸਾਨੂੰ ਜੁਆਇਨ ਕਰ ਸਕਦੇ ਹੋ। ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਇਸ ਤੋਂ ਬਾਅਦ ਸਾਰੇ ਸਟੂਡੈਂਟਸ VC ਆਫਿਸ ਸਾਹਮਣੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ 11 ਵਜੇ ਤੱਕ ਵਿਦਿਆਰਥੀਆਂ ਦੀ ਗਿਣਤੀ ਬਹੁਤ ਵੱਧ ਜਾਂਦੀ ਹੈ। ਭੀੜ ਨੂੰ ਕਾਬੂ ਕਰਨ ਦੀ ਪੁਲਿਸ ਨੇ ਪਹਿਲਾਂ ਹੀ ਵਾਟਰ ਕੈਨਨ ਅਤੇ ਟੀਅਰ ਗੈਸ ਦਾ ਇੰਤਜ਼ਾਮ ਕੀਤਾ ਹੋਇਆ ਸੀ। ਹੌਲੀ ਹੌਲੀ ਵਿਦਿਆਰਥੀਆਂ ਅਤੇ ਪੁਲਿਸ ਵਿੱਚ ਤਕਰਾਰ ਵੱਧਦਾ ਗਿਆ ਅਤੇ ਅੰਤ ਉਹੀ ਹੋਇਆ ਜਿਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ। ਵੇਖਦਿਆਂ ਹੀ ਵੇਖਦਿਆਂ ਪਤਾ ਹੀ ਨਹੀਂ ਲੱਗਾ
ਕਿ ਕਦੋਂ ਸਿੱਖਿਆ ਦਾ ਮੰਦਿਰ ਜੰਗ ਦਾ ਅਖਾੜਾ ਬਣ ਗਿਆ ਅਤੇ ਪੁਲਿਸ ਨੇ ਵਿਦਿਆਰਥੀਆਂ ਨੂੰ ਭਜਾ ਭਜਾ ਕੇ ਕੁੱਟਿਆ। ਵਿਦਿਆਰਥੀ ਪੁਲਿਸ ਦੀਆਂ ਡਾਂਗਾਂ ਤੋਂ ਬਚਦੇ ਗੁਰਦੁਆਰੇ ਵਿੱਚ ਚਲੇ ਗਏ ਪਰ ਪੁਲਿਸ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ। ਭਾਈ ਤੁਸੀਂ ਕਿੱਧਰ ਜੁੱਤੀਆਂ ਸਣੇ ਅੰਦਰ ਆ ਰਹੇ ਹੋ? ਤੁਹਾਨੂੰ ਗੁਰੂ ਘਰ ਦੀ ਮਰਿਆਦਾ ਦਾ ਨਹੀਂ ਪਤਾ? ਦੰਗੇ ਕਰਕੇ ਆਏ ਹੈ ਯੇ, ਪਕੜਨੇ ਆਏ ਹਮ ਇਨਕੋ। ਇਹ ਗੁਰੂ ਦੀ ਸ਼ਰਨ ਚ ਆਏ ਆ, ਤੁਸੀਂ ਇਹਨਾਂ ਨੂੰ ਸਹਿਮਤੀ ਨਾਲ ਹੀ ਲਿਜਾ ਸਕਦੇ ਹੋ। ਯਾਰ ਮੈਨੂੰ ਬਾਥਰੂਮ ਦੀ ਬਹੁਤ ਪ੍ਰੋਬਲਮ ਹੋ ਰਹੀ ਹੈ, ਮੈਨੂੰ ਲੱਗਦਾ ਜਾਣਾ ਪਊਗਾ। ਮੈਂ ਯਾਰ ਮੈਂ ਜਾ ਰਿਹਾ। ਕੋਈ ਗੱਲ ਨਹੀਂ, ਆਪਾਂ ਤੇਰੇ ਨਾਲ ਆ। ਅਜੇ 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 ਹਮ ਤੇਰੀ ਅਪਾਰਟਮੈਂਟ ਸਾ ਕ੍ਰਾਂਤੀਕਾਰ ਵੀ ਬਣਦੇ ਗੁਰਦੁਆਰਾ ਵੀ ਬਣਦੇ ਹੋ। ਪਹਿਲਾਂ ਮੈਨੂੰ ਵਾਸ਼ਰੂਮ ਜਾਣ ਦੋ। ਆ ਜਾ ਆ ਜਾ ਚਲ। ਉਹ ਪਹਿਲਾਂ ਮੈਨੂੰ ਵਾਸ਼ਰੂਮ ਤੋਂ ਜਾਣ ਦੋ। ਬੱਲਾ ਜਾਏਗੀ ਨਾ, ਜਾਣ ਦੋ ਮੈਨੂੰ, ਕਹੀਂ ਹੋਰ ਜਾਣੇ ਕੀ ਜ਼ਰੂਰਤ ਨਹੀਂ ਪੜੇਗੀ। ਔਰ ਕੈਸੇ ਆਪ ਸਭ ਲੋਕ, ਠੀਕ ਹੈ ਨਾ? ਦੇਖੀਏ ਬਾਤ ਯਹ ਹੈ ਕਿ ਆਪ ਸਭੀ ਕੋ ਇੱਕ ਵਾਰੀ ਤੋਂ ਅਰੈਸਟ ਹੋਣਾ ਪੜੇਗਾ। ਹਮ ਆਪਕੋ ਭਰੋਸਾ ਦਿਲਾਤੇ ਹੈ ਕਿ ਆਪਕੋ ਜਲਦ ਸੇ ਜਲਦ ਛੁਡਵਾ ਲਿਆ ਜਾਏਗਾ। ਘਬਰਾਨੇ ਵਾਲੀ ਕੋਈ ਬਾਤ ਨਹੀਂ ਹੈ, ਕੋਈ ਜੁਰਮ ਨਹੀਂ ਕੀਆ ਹੈ ਆਪਨੇ, ਆਪਨੇ ਵਹੀ ਕੀਆ ਜੋ ਆਪਕੋ ਕਰਨਾ ਚਾਹੀਏ ਥਾ। ਬਸ ਆਪ ਇੱਕ ਕਾਮ ਕੀਜੀਏ, ਸਭੀ ਆਪਣੇ ਆਪਣੇ ਨਾਮ ਇਸ ਲਿਸਟ ਮੇ ਮੈਂਸ਼ਨ ਕਰ ਦੀਜੀਏ, ਤਾਂ ਕਿ ਜੋ ਹਮਾਰੀ ਅਗਲੀ ਕਾਰਵਾਈ ਹੈ ਵੋ ਹਮ ਜਲਦ ਸੇ ਜਲਦ ਸ਼ੁਰੂ ਕਰ ਸਕੇ। ਬਾਰ ਕਾਉਂਸਲ ਦੇ ਸਮਝਾਉਣ ਤੇ ਵਿਦਿਆਰਥੀਆਂ ਨੇ ਗ੍ਰਿਫਤਾਰੀ ਦੇ ਦਿੱਤੀ ਅਤੇ ਉਸ ਤੋਂ ਬਾਅਦ ਵਿਦਿਆਰਥੀਆਂ ਨੂੰ ਥਾਣੇ ਲਿਜਾ ਕੇ ਟੌਰਚਰ ਕੀਤਾ ਗਿਆ। ਅਬ ਦੇਖਣਾ ਕਿਆ ਹਸ਼ਰ ਹੋਤਾ ਤੁਮ ਸਬਕਾ। ਦੇਸ਼ ਕੇ ਖਿਲਾਫ਼ ਨਾਰੇ ਲਗਾਏ ਨਾ ਤੁਮ ਸਭ ਨੇ, ਦੇਸ਼ ਕੇ ਖਿਲਾਫ਼ ਨਾਰੇ ਲਗਾਤੇ ਹੋ, ਦੇਸ਼ ਦਰੋਹ, ਸੈਡੀਸ਼ਨ, ਸੈਡੀਸ਼ਨ ਕੇ ਚਾਰਜਿਸ ਲਗੇ ਹੈ ਤੁਮ ਸਭ ਪੇ। ਤੂੰ ਵਹੀ ਹੈ ਨਾ ਜੋ ਢੋਲਕੀ ਬਜਾਤਾ ਹੈ? ਢੋਲਕੀ ਨਹੀਂ ਸਰ, ਡਫਲੀ, ਡਫਲੀ ਬਜਾਵਾ ਸੀ ਯੂ। ਹਾਂ ਹਾਂ ਡਫਲੀ, ਡਫਲੀਆ ਬਜਾਤੇ ਹੋ ਤੁਮ, ਗਾਣੇ ਵੀ ਗਾਤੇ ਹੋ ਇਨ੍ਹੀਂ ਇਨ੍ਹੀਂ ਹੱਥੋਂ ਸੇ, ਲੋ ਬਜਾਤੇ ਹੋ ਤੁਮ ਗਾਣੇ। ਹਾਂ
तफलिया बजाई है तुमने, नारे लगाते हो देश के खिलाफ। कैसा है मेरे भाई? आ बड़े भाई आजा बैठ, चाय ले गया उसके लिए। चर चर सरकारी खुराक, एक खतरा कितना तकड़ा आजमा से है। सर मैं तो ग्राउंड में खेल रहा था। खेल रहा था तू ग्राउंड में? तू? सर मैं लाइब्रेरी से, मेरा कोई लाइब्रेरी पता चलेगा कौन लाइब्रेरी में था कौन ग्राउंड में। सबका भाभी बाप क्या करता है तेरा? बाप गुजर गया। बाप नहीं है, फीस कौन भरता है? एससी कोटा। एससी कोटा सर इन सूची जाए तालियां की फीस पास कौन लाती कई चौधर खतर करें से। ये तो खुद का खर्चा कैसे निकलता है? किताबां स्टॉल लाना, अखबार वंडना, ते कदे कदे मजदूरी भी कर लेने। अच्छा पकड़ना ये, कोई पॉलिटिकल अप्रोच नहीं, बैकग्राउंड नहीं, हाथ उठाता है सचो पे, यहाँ नहीं, यहाँ थप्पड़ लगाता वो। चलो रे चक्को इसको, होते साफ करना है बैड चोद है। हक किसी ने देने नहीं तेन थालियां दे विच पा, जे आजादी चाहिए तेरी। ये शोर सुनाई दे रहा है? दे रहा है ना? तू बता तेरे साथ क्या किया जाए? असी ये ना तमकियां तो डरन वाले नहीं, तू जो करना है कर, असी अपनी हक्का दी लड़ाई लड़ रहे हैं, ते असी हुण जेड़े राह पै गए हैं ना वापस नहीं जांदे। इंकलाब जिंदाबाद, इंकलाब जिंदाबाद। गर्मी है ना तेरे खून में, ज्यादा गर्मी है, अंदर चल, तेरी गर्मी तो मैं निकालती हूँ और तेरे गाने भी। चल चल सास के लड़ेंगे ये पट्टी लड़ाई, क्रांतिकारी बैंड तो दो थप्पड़ा में बेहोश हो गए, छेड़ेंगे सरकार के खिलाफ जंग, दो थप्पड़ इन पर उठते को नहीं। देखा होगा नजारा, आल तारा भी कुछ ईसा होना है, इस तरह कुछ बुरा बे सको जियो। जे बचना चाहो हो, एफआईआर में तो नाम कटवाना चाहो हो, तो इस साड़े के मुंह में मुत्तो। डिस्टॉर्ट करके देखा जा रहा है, फी हाइक जड़ी हैगी है वो बहुत नॉमिनल जी की गई है, और मैं कहना शायद ठीक हैगा कि फी हाइक ने नाल कोई यूनिवर्सिटी दी बहुत इनकम नहीं बच जानी, उन्हें यूनिवर्सिटी का डेफिसिट नहीं मीट करना, पर यूनिवर्सिटी दी इनकम ते कई हिस्से है, जो हर हिस्सा अपना अपना कॉन्ट्रीब्यूशन देगा तद ही डेफिसिट पूरा होएगा। अगर एक हिस्सा सोच ले कि असी डेफिसिट दे विच पार्टिसिपेट नहीं करना डेफिसिट मीट करने, तो फिर जो बाकी सारे लोग भी उन्होंने देखी देखी कहन के असी भी नहीं डेफिसिट मीट करना, तो इंस्टीट्यूशन कोलैप्स कर जाएगा। हमारे अपनी सिक्योरिटी जो है अपने वार्डन साहबान मतलब थोड़ा सा रहेंगे, मतलब इस बात को लेकर, मतलब के बाकी ये हम ये चाहते हैं कि यूनिवर्सिटी में वो नहीं होना चाहिए जो टोटो पाजे जायरा वगैरह ने, यूनिवर्सिटी प्रॉपर्टी का नुकसान नहीं होना चाहिए, अपना प्रोटेस्ट उनका राइट है। विसाखी दी छुट्टियां कारण विद्यार्थियों की बेल होनी भी मुश्किल सी, इसलिए विद्यार्थियों नू जेल विच सुट दिता गया, जेल विच उन्हां नू खतरनाक कैदियों विच रखा गया, पर जदों कैदियों नू पता लगा कि यह सारे विद्यार्थी हन अते अपने हक्कां लई लड़ रहे हन, तां कैदियों दे दिलां विच विद्यार्थियों प्रति सत्कार दी भावना बन गई। लद से टाइम होनू सच्ची भाई, ले मैं तो पूरे नजारे ले आते, आ लो भी पाड़ियो, आ चा पियो। क्यों खेचल कीती? आ कोई ना, छोटे वीर हो साडे तुसी। होर सुना भाई किन्नी करेगी फिर सजा तेरी? 3 साल हो गए मैनू इस जेल च सड़दे नू, जेड़ी गलती मैं 3 साल पहला कीती सी ओदी सजा मैं अज भी भुगत रहा, ओदा मैनू अफसोस हुआ, पर तुहानू अफसोस नहीं होना चाहिए। ओ पतंदरो, ओ तुसी पुलिस वाले नहीं कुटता? ओ मर्दां वाला काम करके आए, ओ मर्दां वाला नाल इत्थे कौन किसे लई जिउंदा, सारे अपने लई जिउंदे आ, तुसी लोकां लई लड़े, समाज लई लड़े, तां कि हर बच्चा पढ़ सके। इत्थे कोई कतल करके आया, कोई स्मगलिंग दे केस च आया, ते आ झुड्डू या रेप करके आया, ते मैं ना जाने किन्निया मावां दे पुत खोल है, ना जाने किन्निया औरतां दे सुहाग उजाड़ते,
पर तुसी भगत सिंह दे सच्चे वारस हो। जेड़े राहां ते तुसी तुर पे पिछे ना मुड़ियो मेरे वीर, पिछे ना मुड़ियो। हमारी पंजाब यूनिवर्सिटी में पिछले साल एक फ़ी हाइक का मुद्दा उठा था, जो कि एक बहुत इंपॉर्टेंट इशू है और हमारी पंजाब यूनिवर्सिटी एक बहुत ही एग्जिस्टेंशियल फाइनेंशियल क्राइसिस से अंडरगो कर रही है और बहुत ज़रूरी था कि स्टूडेंट्स आगे आके बढ़ चढ़कर इस चीज़ के अगेंस्ट प्रोटेस्ट करें और इसमें हिस्सा लें। NSUI ने बहुत ही इंपॉर्टेंट रोल प्ले किया है इस सब चीज़ में। सबसे पहले तो हमने एक हंगर स्ट्राइक का आयोजन किया था, जो कि एक चेन हंगर स्ट्राइक थी विच लास्टेड ओवर अ पीरियड ऑफ मोर देन 30 डेज। उसके बाद हमने पंजाब सरकार, जो कि कांग्रेस सरकार है, वहाँ जाके हमने पंजाब सरकार के CM से, माननीय कैप्टन अमरिंदर सिंह जी, और बाकी भी बहुत मंत्रियों से, बहुत MLA से मदद मांगी थी इस इशू को लेके और काफ़ी हद तक हमारी प्रॉब्लम रिजॉल्व की भी गई थी। इसके बाद एक कंबाइंड प्रोटेस्ट हुआ था, जो कि सभी पार्टीज ने जिसमें हिस्सा लिया था। NSUI उस प्रोटेस्ट का भी हिस्सा था और एक्चुअली इस प्रॉब्लम के रूट तक पहुंचा जाए, जो कि है कि हमारे को प्रॉपर फंड्स नहीं मिल रहे हैं हमारी यूनिवर्सिटी को, तो काफ़ी हद तक मैं मानती हूँ ये इशू रिजॉल्व हुआ है। ये टोटल 67 स्टूडेंट्स हैं, जिनमें से 12 की एंटीस्पिटरी बेल है। सो इनके लिए हमें व्हीकल्स की RC चाहिए। सो जो भी ऑर्गेनाइजेशन आपके साथ है या फिर जो भी आपके साथी जिनके पास व्हीकल हो, उनसे बोलिए अपने व्हीकल की RC लेकर आए, ताकि हम जल्द से जल्द उनकी बेल करवा सके। ओके ओके मैम, ओके मैम, ओके मैम, हम जल्द ही कोई अरेंजमेंट करते हैं। ओके पंजाब ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪਿਛਲੇ ਸਾਲਾਂ 'ਚ 2 ਅੰਦੋਲਨ ਫੀਸ ਵਿੱਚ ਵਾਧੇ ਨੂੰ ਲੈ ਕੇ ਹੋਏ। ਇੱਕ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ, ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ। ਅਸਲ 'ਚ ਫੀਸਾਂ ਵਿੱਚ ਵਾਧਾ ਸਾਡੇ ਯੂਨੀਵਰਸਿਟੀ ਦੇ ਕਰਤਾ ਧਰਤਾ ਨੇ ਜਾਂ ਸਾਡੀ ਯੂਨੀਵਰਸਿਟੀ ਦੇ ਅਥਾਰਟੀਜ਼ ਨੇ, ਉਹ ਇਹ ਸੋਚਦੇ ਨੇ ਕਿ ਜਿਸ ਤਰ੍ਹਾਂ ਉਹਨਾਂ ਨੂੰ ਸੈਂਟਰਲ ਗਵਰਨਮੈਂਟ ਦੀਆਂ ਜਾਂ ਯੂਜੀਸੀ ਦੀਆਂ ਹਦਾਇਤਾਂ ਨੇ ਕਿ ਤੁਸੀਂ ਆਪਣੇ ਰਿਸੋਰਸ ਜਨਰੇਟ ਕਰੋ, ਸਾਡੇ ਕੋਲੋਂ ਗਵਰਨਮੈਂਟ ਦਾ ਤਾਂ ਕੁਝ ਨਾ ਮੰਗੋ। ਇਸ ਦਬਾਅ ਥੱਲੇ, UGC ਦੇ ਅਤੇ HRD ਦੇ ਦਬਾਅ ਥੱਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਵੀ ਫੀਸਾਂ ਵਿੱਚ ਬੇਇੰਤਹਾ ਵਾਧਾ ਕੀਤਾ ਅਤੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਸ਼ਾਂਤਪੂਰਨ ਤਰੀਕੇ ਨਾਲ ਅਤੇ ਬਹੁਤ ਹੀ ਮਜ਼ਬੂਤ ਪੈਰਾਂ ਧਰਾਤਲ 'ਤੇ ਖੜ੍ਹ ਕੇ ਇੱਕ ਅੰਦੋਲਨ ਕੀਤਾ ਗਿਆ। ਰਾਜੀਵ ਗਾਂਧੀ ਨੇ ਇੱਕ ਐਜੂਕੇਸ਼ਨ ਕਮਿਸ਼ਨ ਬਣਾਇਆ ਸੀ, ਉਸ ਕਮਿਸ਼ਨ ਨੇ ਵੀ ਇਹ ਗੱਲ ਕਹੀ ਸੀ ਕਿ ਫੀਸਾਂ ਦੁਆਰਾ ਸਾਰੇ ਰਿਸੋਰਸ ਵਿੱਚ 20% ਤੋਂ ਵੱਧ ਪੈਸਾ ਲੋਕਾਂ ਦੀਆਂ ਜੇਬਾਂ 'ਚੋਂ ਨਹੀਂ ਕਢਾਇਆ ਜਾ ਸਕਦਾ। ਇਹਦਾ ਮਤਲਬ ਕੀ ਆ? ਚੁਣੀਆਂ ਹੋਈਆਂ ਸਰਕਾਰਾਂ ਵੋਟ ਕਿਸ ਨਾਂ 'ਤੇ ਮੰਗਦੀਆਂ ਨੇ? ਜੇ ਸਰਕਾਰਾਂ ਨੇ ਇਹੀ ਕਹਿਣਾ ਕਿ ਵਿੱਦਿਅਕ ਅਦਾਰੇ ਆਪਣੇ ਰਿਸੋਰਸ ਆਪ ਜਨਰੇਟ ਕਰਨ, ਤਾਂ ਲੋਕ ਇਹਨਾਂ ਚੁਣੇ ਹੋਏ ਨੇਤਾਵਾਂ ਦਾ ਬੋਝ ਕਿਉਂ ਚੱਲਣ? ਕੀ ਮਜਬੂਰੀ ਆ ਕਿ ਸਾਡੀ ਜੇਬ 'ਚੋਂ ਦਿੱਤਾ ਗਿਆ ਟੈਕਸ ਜਿਹੜਾ ਹੈਗਾ ਨਾ, ਉਹ MP ਅਤੇ MLA ਨੂੰ ਤਨਖਾਹਾਂ ਦਿੱਤੀਆਂ ਜਾਣ? ਉਹ ਵੀ ਫਿਰ ਆਪਣੇ ਰਿਸੋਰਸ ਆਪ ਜਨਰੇਟ ਕਰ ਰਹੇ। ਕਿਸੇ ਵਿਧਾਨ ਸਭਾ ਨੇ, ਕਿਸੇ ਲੋਕ ਸਭਾ ਨੇ ਇਹ ਨਹੀਂ ਕਿਹਾ ਕਿ MP ਜੀ ਨੂੰ ਆਪਣੇ ਰਿਸੋਰਸ ਜਨਰੇਟ ਕਰਨੇ ਚਾਹੀਦੇ ਆ। ਜਿਹਨਾਂ ਤੋਂ ਵੋਟ ਮੰਗਦੇ ਆ ਲੋਕਾਂ ਨੂੰ, ਸਵਾਲ ਖੜਾ ਕਰਨਾ ਚਾਹੀਦਾ ਆ ਕਿ ਵਿੱਦਿਆ, ਸਿੱਖਿਆ ਅਤੇ ਪਬਲਿਕ ਹੈਲਥ, ਇਹ ਪੂਰੀ ਦੀ ਪੂਰੀ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਆ। ਵਿੱਦਿਆ ਸਸਤੀ ਤੋਂ ਸਸਤੀ ਹੋਣੀ ਚਾਹੀਦੀ ਆ, ਤਾਂ ਕਿ ਆਮ ਬੰਦਾ ਆਪਣੇ ਬੱਚੇ ਪੜ੍ਹਾ ਸਕੇ। FEIC ਇੱਕ ਐਸਾ ਮੁੱਦਾ ਰਿਹਾ ਯੂਨੀਵਰਸਿਟੀ ਮੇ, ਜੋ ਕਿ ਕੁਛ 8-10 ਸਾਲ ਸੇ ਫੀਸ ਕਾ ਇਨਕਰੀਜ਼ ਹੋ ਹੀ ਰਿਹਾ ਹੈ ਧੀਰੇ ਧੀਰੇ, ਬਟ ਉਸਕੋ ਕਹੀਂ ਨਾ ਕਹੀਂ ਇੱਕ ਇਸ ਸਾਲ ਜੋ ਥਾ ਕਿ ਬਹੁਤ ਜ਼ਿਆਦਾ ਇਨਕਰੀਜ਼ ਹੁਆ ਔਰ ਸਟੂਡੈਂਟਸ ਮੇ ਇੱਕ ਰੋਸ ਥਾ ਬਹੁਤ ਜ਼ਿਆਦਾ ਕਿ ਇਤਨੀ ਜ਼ਿਆਦਾ ਫੀਸ ਬੜ ਰਹੀ ਹੈ, ਇਹ ਗਵਰਨਮੈਂਟ ਇੰਸਟੀਚਿਊਟ ਹੈ, ਇਸਮੇ ਇਤਨੀ ਫੀਸ ਨਹੀਂ ਹੋਣੀ ਚਾਹੀਏ, ਪ੍ਰਾਈਵੇਟ ਇੰਸਟੀਚਿਊਟ ਔਰ ਗਵਰਨਮੈਂਟ ਮੇ ਕਿਤਨਾ ਕਿਆ ਫਰਕ ਰਹਿ ਜਾਏਗਾ। ਤੋ ਇਸੀ ਕੋ ਦੇਖਤੇ ਹੋਏ ਇਸ ਵਾਰ ਹਮਨੇ, ਮੈਂ ਕੌਂਸਲ ਮੇ ਆਇਆ, ਮੈਂ ਪ੍ਰੈਜ਼ੀਡੈਂਟ ਬਣਾ, ਮੈਨੇ ਪੂਟਾ ਜੋ ਟੀਚਰ ਐਸੋਸੀਏਸ਼ਨ ਹੈ ਉਸਾ, ਜੋ ਇੱਕ ਨੋਨ ਟੈਕਨੀਕਲ ਸਟਾਫ ਕੀ ਐਸੋਸੀਏਸ਼ਨ, ਉਨਕੇ ਸਾਥ ਹਮਨੇ 17 ਦਸੰਬਰ ਸੇ ਪ੍ਰੋਟੈਸਟ ਸ਼ੁਰੂ ਕੀਏ, ਉਸਕੇ ਬਾਅਦ ਉਸ ਪ੍ਰੋਟੈਸਟ ਕੋ ਹਮਨੇ ਜਨਵਰੀ ਮੇ ਫਿਰ ਸੇ ਇੱਕ ਪ੍ਰੋਟੈਸਟ ਕੀਆ, तो इस तरह से हमारे प्रोटेस्ट होने शुरू हुए। उस टाइम सिर्फ काउंसिल और उस ही पार्टी थी जो इसको सपोर्ट कर रही थी, बाद में बाकी जत्थेबंदियाँ जो पार्टीज थी वो जुड़ने शुरू हुई। एक बार फिर फाइनली जब एक जो प्रपोजल था FEIC का जब पास हो गया और किसी पार्टी की नहीं सुनी गई, तो उस टाइम मुझे एक ऐसा डिसीजन लेना पड़ा कि उस एक मीटिंग कन्वीन करानी पड़ी, क्योंकि सेशन का एंड था, सेनेट की मीटिंग्स ओवर हो चुकी थी, कोई मीटिंग पेंडिंग नहीं थी। अगर वो मीटिंग नहीं होती तो FEIC नहीं हो पाता। तो मुझे खुद बींग ए स्टूडेंट रिप्रेजेंटेटिव, मुझे एक हंगर स्ट्राइक पे बैठा, इनडेफिनेट हंगर स्ट्राइक पे, उसमें मेरी यही डिमांड थी कि एक एमरजेंसी सेनेट मीटिंग कराई जाए। फाइनली वाइस चांसलर ने हमारी बात मानी, एमरजेंसी सेनेट मीटिंग हुई, सेनेटर से मिले, उनको कन्विंस किया मैंने मिल मिल के, और किसी भी पार्टी ने किसी भी सेनेटर को अप्रोच नहीं किया। मैंने पर्सनल लेवल पर जाकर उनको उसको चीज़ को डिस्कस किया और इन दी एंड जो है 7 तारीख को मीटिंग हुई, उसमें एक मिनिमम
एक पासे जिथे विद्यार्थी लगातार संघर्ष कर रहे सन उथे अध्यापकां ने इस दा विरोध किया अते सेक्टर 17 विच रोस मार्च कड्या। ਤੁਹਾਡਾ ਦਿਲ ਵੀ ਪਿੱਟ ਟੁੱਟ ਗਿਆ ਵੀ ਇਹ ਕੀ ਹੋ ਰਿਹਾ। ਇਹ ਜਿਹੜਾ ਲੋਕ ਜਿਨ੍ਹਾਂ ਨੇ ਆਪਣੇ ਹੱਥ 'ਚ ਵੱਡੇ ਵੱਡੇ ਝੰਡੇ ਦੇਸ਼ ਭਗਤੀ ਦੇ ਫੜ ਲਏ ਆ, ਇਹੀ ਬੰਦੇ ਦੇਸ਼ ਭਗਤੀ ਦੇ ਨਾਂ ਤੇ ਲੋਕਾਂ ਦੇ ਵਿੱਚ ਇੱਕ ਖਾਸ ਕਿਸਮ ਦਾ ਜਾਗਰਤਾ ਜਿਹੜੀ ਉੱਠ ਰਹੀ ਆ ਉਹਨੂੰ ਬੰਦ ਕਰਨਾ ਚਾਹੁੰਦੇ ਆ ਲਾਠੀਆਂ ਦੇ ਨਾਲ, ਕਾਨੂੰਨ ਦੇ ਨਾਂ ਤੇ, ਕਦੀ ਕਿਸੇ ਤਰੀਕੇ ਨਾਲ, ਕਦੀ ਲੋਕਾਂ ਦੇ ਵਿੱਚ ਭੜਕਾ ਕੇ, ਜਾਤ ਦੇ ਨਾਂ ਤੇ, ਧਰਮ ਦੇ ਨਾਂ ਤੇ, ਇਹ ਕੁਛ ਇਹ ਦੇਸ਼ ਦੇ ਵਿੱਚ ਹੋ ਰਿਹਾ। ਇਸ ਕਰਕੇ ਤੁਸੀਂ ਇੱਥੇ ਇਕੱਠੇ ਹੋਏ ਆ, ਇਸ ਤਰ੍ਹਾਂ ਬਿਹੇਵ ਕਰੋਗੇ ਇਹ ਬਹੁਤ ਗਲਤ ਗੱਲ ਆ। ਮੇਰਾ ਖਿਆਲ ਆ ਕਿ ਸਾਡੇ ਪੁਲਿਸ ਭਰਾਵਾਂ ਨੂੰ ਵੀ ਸਮਝਣਾ ਚਾਹੀਦਾ ਕਿ ਸਦਾ ਰਾਜ ਇਹੋ ਜਿਹੇ ਨਹੀਂ ਰਹਿੰਦੇ, ਸਦਾ ਗੱਲਾਂ ਇਹ ਨਹੀਂ ਰਹਿੰਦੀਆਂ। ਤੁਸੀਂ ਸਾਡੇ ਸਾਡੇ ਸਾਰਿਆਂ ਦੇ ਬੱਚੇ ਆ, ਇਸ ਦੇਸ਼ ਸਾਡੇ ਸਾਰਿਆਂ ਦਾ ਆ। ਜੇ ਅਸੀਂ ਇਹ 24 ਅਪ੍ਰੈਲ ਨੂੰ ਵਾਈਸ ਚਾਂਸਲਰ ਦੀ ਯੂਨੀਵਰਸਿਟੀ ਦੇ ਰਿਸਰਚ ਸਕਾਲਰਸ ਨਾਲ ਮੀਟਿੰਗ ਹੋਈ, ਜਿੱਥੇ ਇਹ ਸੁਝਾਅ ਰੱਖਿਆ ਗਿਆ ਕਿ ਫੀਸ ਵਿੱਚ ਕਟੌਤੀ ਨਹੀਂ ਕੀਤੀ ਜਾਵੇਗੀ ਪਰ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਕੰਮ ਦੇਵੇਗੀ, ਜਿਸ ਦਾ ਕਿ ਵਿਦਿਆਰਥੀਆਂ ਨੇ ਜ਼ੋਰਦਾਰ ਵਿਰੋਧ ਕੀਤਾ। ਇਹ ਤੋਂ ਬਹੁਤ ਬੜਾ ਡਿਸਕ੍ਰਿਮੀਨੇਸ਼ਨ ਹੋਗਾ। ਅਮੀਰ ਕਾ ਬੱਚਾ ਜਹਾਂ ਸਿਰਫ ਪੜ੍ਹੇਗਾ ਔਰ ਗਰੀਬ ਕਾ ਪੜ੍ਹੇਗਾ ਔਰ ਕੰਮ ਵੀ ਕਰੇਗਾ। ਹਾਂ ਯਾਰ, ਇਹ ਤਾਂ ਬਹੁਤ ਵੱਡੀ ਨਾਇਨਸਾਫੀ ਹੈ ਸਟੂਡੈਂਟਸ ਦੇ ਨਾਲ, ਜੋ ਕਿ ਆਪਾਂ ਹੋਣ ਨਹੀਂ ਦੇ ਸਕਦੇ। ਇਸ ਕਰਕੇ ਇਸ ਚੀਜ਼ ਦਾ ਆਪਾਂ ਵਿਰੋਧ ਕਰਾਂਗੇ। ਠੀਕ ਹੈ, ਅਗਰ ਯਹੀ ਬਾਤ ਹੈ ਤੋ ਕੱਲ ਸੇ ਹਮ ਵੀਸੀ ਆਫਿਸ ਕੇ ਸਾਹਮਣੇ ਬੈਠ ਕਰ ਬੂਟ ਪਾਲਿਸ਼ ਕਰੇਂਗੇ। ਅਗਰ ਵੋ ਚਾਹਤੇ ਹੈ ਕਿ ਹਮ ਕਾਮ ਕਰੇਂ ਤੋ ਹਮ ਕਾਮ ਕਰੇਂਗੇ, ਕਿਉਂਕਿ ਕੋਈ ਵੀ ਕਾਮ ਛੋਟਾ ਜਾਂ ਬੜਾ ਨਹੀਂ ਹੋਤਾ। ਤੋ ਇਸ ਬਾਤ ਕੇ ਲਿਏ ਕਿਆ ਆਪ ਲੋਗ ਮੇਰੇ ਸਾਥ ਐਗਰੀ ਕਰਤੇ ਹੋ? ਪੱਚੀ ਅਪ੍ਰੈਲ ਨੂੰ ਵਿਦਿਆਰਥੀਆਂ ਨੇ ਵੀਸੀ ਆਫਿਸ ਸਾਹਮਣੇ ਬੂਟ ਪਾਲਿਸ਼ ਕੀਤੇ ਅਤੇ ਰੋਸ ਵਜੋਂ ਜੋ ਪੈਸੇ ਇਕੱਠੇ ਹੋਏ ਉਹ ਵੀਸੀ ਆਫਿਸ ਭੇਜ ਦਿੱਤੇ ਗਏ। ਜਦੋਂ ਯੂਨੀਵਰਸਿਟੀ ਵਿੱਚ ਫੀਸ ਹਾਈਕ ਨੂੰ ਲੈ ਕੇ ਇੱਕ ਅਥਾਰਟੀ ਵੱਲੋਂ ਅਨਾਊਂਸਮੈਂਟ, ਇੱਕ ਮਤਾ ਪਾਸ ਹੋਇਆ ਕਿ ਫੀਸ ਨੂੰ ਵਾਧਾ ਕਰ ਰਿਹਾ, 1100% ਵਧਾਇਆ ਜਾ ਰਿਹਾ, ਉਦੋਂ ਹੀ SOI ਪਾਰਟੀ ਵੱਲੋਂ, ਬਾਕੀ ਸਾਰੀਆਂ ਸਟੂਡੈਂਟ ਪਾਰਟੀਆਂ ਵੱਲੋਂ ਕਿ ਇੱਕ ਸਾਡੇ ਵਿੱਚ ਰੋਸ ਆਇਆ, ਸਾਨੂੰ ਬੁਰਾ ਲੱਗਾ, ਕਿਉਂਕਿ ਜਦੋਂ ਇੱਕ ਫੀਸ ਵਧੀ ਹਰ ਇੱਕ ਸ਼੍ਰੇਣੀ ਦੇ ਬੰਦੇ ਨੂੰ ਥੋੜ੍ਹਾ ਜਿਹਾ ਫੀਲ ਹੋਇਆ ਕਿ ਫੀਸ ਨਹੀਂ ਵਧਣੀ ਚਾਹੀਦੀ, ਕਿਉਂਕਿ ਪੰਜਾਬ ਯੂਨੀਵਰਸਿਟੀ ਵਿੱਚ ਇੱਕ ਇਹੋ ਜਿਹਾ ਵਿਸ਼ਵ ਵਿਦਿਆਲਿਆ ਜਿਹਦੇ ਵਿੱਚ ਹਰ ਇੱਕ ਸ਼੍ਰੇਣੀ ਦਾ ਬੰਦਾ ਪੜ੍ਹਦਾ, ਕਿਉਂਕਿ ਫੀਸ ਜਦੋਂ ਇੱਕ ਸਰਕਾਰੀ ਯੂਨੀਵਰਸਿਟੀ ਹੈ ਆਪਾਂ ਵੱਧ ਫੀਸਾਂ ਕਿਉਂ ਦੇਈਏ। ਸੋ ਜਦੋਂ ਫੀਸ ਦੇ ਲਈ ਮਤਲਬ ਇੱਕ ਕੰਮ ਸ਼ੁਰੂ ਹੋਇਆ, ਇੱਕ ਪ੍ਰੋਟੈਸਟ ਸ਼ੁਰੂ ਹੋਇਆ ਸੋਈ ਵੱਲੋਂ, ਇਹਦੇ ਨਾਲ ਇਹ ਕਿ ਅਥਾਰਟੀਆਂ ਨੇ ਉਹਦੇ ਨੂੰ ਧੱਕਾ ਕੀਤਾ, ਜਦੋਂ ਸਟੂਡੈਂਟਾਂ ਦੇ ਨਾਂ ਝੂਠੇ ਕੇਸ ਵਿੱਚ ਪਾਏ। ਸੋ ਉਸ ਚੀਜ਼ ਨੂੰ ਲੈ ਕੇ ਸਾਡੇ ਮਨ ਵਿੱਚ ਅੱਜ ਵੀ ਰੋਸ ਹੈ। ਸਾਡੀ ਇਹੀ ਸਾਰਿਆਂ ਨੂੰ ਅਪੀਲ ਹੈ ਕਿ ਉਹ ਜਿਹੜੇ ਨਿਰਦੋਸ਼ ਬੱਚੇ ਫਸਾਏ ਨੇ, 55 ਬੱਚੇ ਫਸਾਏ ਨੇ, ਪੂਰੀ ਆਪਦੀ ਕਾਰਵਾਈ ਕਰਕੇ ਉਹਨਾਂ ਨੂੰ ਨਿਰਦੋਸ਼ ਕਰਾਰ ਦਿੱਤਾ ਜਾਵੇ, ਮੇਰੀ ਸਾਰਿਆਂ ਨੂੰ ਇਹ ਅਪੀਲ। ਇਸ ਤੋਂ ਬਾਅਦ ਲਗਾਤਾਰ ਧਰਨੇ, ਮੁਜ਼ਾਹਰੇ, ਮਾਰਚ ਪਾਸਟ ਹੁੰਦੇ ਰਹੇ। ਹਰ ਜਥੇਬੰਦੀ ਨੇ ਆਪਣੇ ਆਪਣੇ ਪੱਧਰ ਤੇ ਫੀਸ ਵਾਧੇ ਖਿਲਾਫ ਸੰਘਰਸ਼ ਕੀਤਾ। ਚਲਣਾ ਹੋਗਾ, ਚਲਣਾ ਹੋਗਾ, ਚਲਣਾ ਹੋਗਾ।
7 मई ਨੂੰ ਫੀਸ ਵਾਧੇ ਦੇ ਮੁੱਦੇ ਤੇ ਮੀਟਿੰਗ ਬੁਲਾਈ। ਚਲੀਏ ਯਾਰ, ਬਹੁਤ ਟਾਈਮ ਹੋ ਗਿਆ। ਉਹ ਚੱਲ ਵੀ ਚਲੀਏ ਯਾਰ, ਲੇਟ ਹੋ ਰਹੇ ਆ ਆਪਾਂ ਸਾਰੇ। ਤੁਸੀਂ ਚੱਲੋ ਯਾਰ, ਮੈਂ ਆਉਣਾ ਥੋੜਾ ਰੁਕ ਕੇ। ਠੀਕ ਆ। ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਹੀ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ। ਵਧੀਆਂ ਫੀਸਾਂ ਵਾਪਿਸ ਲੋ, ਵਾਪਿਸ ਲੋ, ਵਾਪਿਸ ਲੋ, ਵਾਪਿਸ ਲੋ, ਵਧੀਆਂ ਫੀਸਾਂ ਵਾਪਿਸ ਲੋ। ਯੇ ਜੋ ਆਪ ਕਰ ਰਹੇ ਹੋ ਨਾ, ਇਸੇ ਰੁਕਨੇ ਮਤ ਦੇਣਾ, ਮੈਂ ਵੀ ਆਪਕੇ ਸਾਥ। ਡੇਢ ਮਹੀਨੇ ਦੀ ਸਟਰਗਲ ਤੋਂ ਬਾਅਦ ਆਖਿਰ ਵਿਦਿਆਰਥੀਆਂ ਦੀ ਜਿੱਤ ਹੋਈ। ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਇਹ ਉਹਨਾਂ ਲਈ ਬਹੁਤ ਵੱਡੀ ਜਿੱਤ ਸੀ। ਜੇਲ੍ਹ ਗਏ, ਡੰਡੇ ਖਾਧੇ, ਪਰ ਜਿੱਤ ਦੀ ਖੁਸ਼ੀ ਨੇ ਉਹਨਾਂ ਨੂੰ ਸਭ ਕੁਝ ਭੁਲਾ ਦਿੱਤਾ। ਵਿਦਿਆਰਥੀ ਜੀਵਨ ਵਿੱਚ ਅਜਿਹੇ ਸੰਘਰਸ਼ ਹੁੰਦੇ ਰਹਿੰਦੇ ਹਨ ਅਤੇ ਵਿਦਿਆਰਥੀ ਆਪਣੇ ਹੱਕਾਂ ਲਈ ਹਮੇਸ਼ਾ ਲੜਦੇ ਹਨ ਅਤੇ ਉਹਨਾਂ ਨੂੰ ਸਫਲਤਾ ਵੀ ਮਿਲਦੀ ਹੈ। ਪਰ ਕੀ ਇਹ ਸੱਚਮੁੱਚ ਹੀ ਪੂਰਨ ਜਿੱਤ ਹੈ? ਕਿਉਂਕਿ ਵਿਦਿਆਰਥੀਆਂ ਤੇ ਪਏ ਹੋਏ ਕੇਸ ਅਜੇ ਵੀ ਚੱਲ ਰਹੇ ਹਨ।